ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਸਾਡੀ ਪਿਛਲੇ ਦਿਨਾਂ ਦੇ ਵਿੱਚ ਪੰਜ ਮੁਕੱਦਮੇ ਜਿਹੜੇ ਅਸੀਂ ਉਹਦੇ ਵਿੱਚ ਟਰੇਸ ਕੀਤੇ ਨੇ ਵੱਖ ਵੱਖ ਵਾਰਦਾਤਾਂ ਦੇ ਵਿੱਚ, ਉਹਨਾਂ ਸੰਬੰਧੀ ਰੱਖੀ ਗਈ ਹੈ। ਇਹਦੇ ਵਿੱਚ ਪੰਜ ਕੇਸ ਨੇ। ਮੋਟੇ ਤੌਰ ਤੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ 3B2 ਮਾਰਕੀਟ ਦੇ ਵਿੱਚ 1 ਸਤੰਬਰ ਦੀ ਜਿਹੜੀ ਦਰਮਿਆਨੀ ਰਾਤ ਨੂੰ ਉੱਥੇ ਦੋ ਜਿਹੜੀਆਂ ਕਾਰਾਂ ਨੇ ਉਹ ਡ੍ਰਿਫਟਿੰਗ ਦੀ ਇੱਕ ਵੀਡੀਓ ਆਈ ਸੀਗੀ ਕਿ ਉੱਥੇ ਡ੍ਰਿਫਟ ਹੋ ਰਹੀਆਂ ਨੇ, ਤਾਂ ਉਸ ਸੰਬੰਧੀ ਅਸੀਂ ਜਿਹੜਾ ਹੈਗਾ ਡੇਂਜਰ ਡਰਾਈਵਿੰਗ ਦਾ ਇੱਕ FIR ਲੌਂਚ ਕੀਤੀ ਗਈ ਹੈ 201 ਨੰਬਰ, ਜਿਹਦੇ ਵਿੱਚ 281, 292 BNS ਅਤੇ 184, 199 ਮੋਟਰ ਵਹੀਕਲ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋਨੋਂ ਨਾਮਲੂਮ ਗੱਡੀਆਂ ਦੇ ਖਿਲਾਫ ਕੀਤਾ ਗਿਆ, ਜਿਹਦੇ ਵਿੱਚੋਂ ਸਾਡੇ ਵੱਲੋਂ ਸਾਡੀ ਮੋਟਾਰ ਪੁਲਿਸ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਉਹਨਾਂ ਦੇ ਜਿਹੜੇ ਨੰਬਰ ਟਰੇਸ ਕਰਕੇ ਕਾਰਾਂ ਦੇ, ਉਹਨਾਂ ਦੇ ਵਿੱਚ ਇੱਕ ਐਕਸੈਂਟ ਗੱਡੀ ਸੀਗੀ ਜਿਹੜੀ, ਉਹਨੂੰ ਜਿਹੜਾ ਹੈਗਾ ਅਸੀਂ ਰਾਊਂਡ ਅਪ ਕੀਤਾ, ਉਹਦੇ ਜਿਹੜਾ ਦੋਸ਼ੀ ਹੈ ਜਗਜੀਤ ਸਿੰਘ ਉਹਨੂੰ ਅਰੈਸਟ ਵੀ ਕਰ ਲਿਆ ਮੁਕੱਦਮੇ ਦੇ ਵਿੱਚ। ਇਸੇ ਤਰੀਕੇ ਦੇ ਨਾਲ ਜਿਹੜੀ ਦੂਸਰੀ ਇੱਕ ਵਰਨਾ ਕਾਰ ਸੀਗੀ ਉਹਦਾ ਵੀ ਅਸੀਂ ਨੰਬਰ ਟਰੇਸ ਕਰ ਲਿਆ ਤੇ ਉਹਨੂੰ ਵੀ ਜਲਦੀ ਅਸੀਂ ਜਿਹੜਾ ਹੈਗਾ ਰਾਊਂਡ ਅਪ ਤੇ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ। ਇਹ ਸੀਗੀ ਡ੍ਰਿਫਟਿੰਗ ਵਾਲਾ ਮਸਲਾ। ਮੈਂ ਕਹੂੰਗਾ ਜੀ ਤੁਸੀਂ ਹੁਣ 3B2 ਮਾਰਕੀਟ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਤੇ ਫਿਰ ਤੁਸੀਂ ਮੈਨੂੰ ਖੁਦ ਹੀ ਦੱਸਿਓ। ਅਸੀਂ ਜਿਹੜਾ ਹੈਗਾ ਉੱਥੇ ਸਾਡਾ ਵੈਸੇ ਵੀ ਰੈਂਡਮ ਨਾਕਾਬੰਦੀ ਸਾਡੀ ਚੱਲਦੀ ਸੀਗੀ, ਹੁਣ ਅਸੀਂ ਕੁਝ ਦਿਨਾਂ ਤੋਂ ਉੱਥੇ ਇੱਕ ਪੱਕੀ ਨਾਕਾਬੰਦੀ ਕਰਤੀ ਹੈ। ਸ਼ਾਮ ਨੂੰ ਸਾਡੇ ਪੱਕਾ ਨਾਕਾਬੰਦੀ ਹੁੰਦੀ ਹੈ ਉੱਥੇ, ਅਸੀਂ ਐਂਟਰੀ ਤੇ ਐਗਜ਼ਿਟ ਪੁਆਇੰਟ ਦੋ ਬਣਾ ਦਿੱਤੇ ਨੇ ਜਿਹਦੇ ਵਿੱਚੋਂ ਇੱਕ ਸਾਈਡ ਤੋਂ ਐਂਟਰ ਹੋਊਗਾ ਤੇ ਦੂਸਰੇ ਸਾਈਡ ਤੋਂ ਐਗਜ਼ਿਟ, ਤੇ ਦੋਨੋਂ ਸਾਈਡ ਤੇ ਸਾਡੇ ਜਿਹੜੇ ਪੁਲਿਸ ਪਰਸੋਨਲ ਡਿਪਲੋਏ ਹੁੰਦੇ ਨੇ ਤੇ ਉਹ ਸਾਰੀ ਚੈਕਿੰਗ ਕਰਕੇ ਜਿਹੜਾ ਹੈਗਾ ਰੂਟੀਨ ਚ ਇਹ ਚੱਲ ਰਿਹਾ ਤੇ ਇਹ ਵਿਦਿਨ ਮਤਲਬ ਸਾਨੂੰ ਇਸ ਕੰਮ ਨੂੰ ਕੀਤਿਆਂ ਨੂੰ ਹਜੇ 5-6 ਦਿਨ ਹੋਏ ਨੇ ਤੇ ਉਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੂੰਗਾ ਜਿਹਦੇ ਵਿੱਚ ਅਸੀਂ ਮੋਰ ਦੈਨ 20 ਵਹੀਕਲ ਇੰਪਾਊਂਡ ਕਰ ਚੁੱਕੇ ਹਾਂ ਐਂਡ ਮੋਰ ਦੈਨ 50 ਚਲਾਨਿੰਗ ਜਿਹੜੀ ਹੈਗੀ ਹੈ ਸਿਰਫ 3B2 ਮਾਰਕੀਟ ਦੇ ਵਿੱਚ ਹੀ ਇਹ ਹੋ ਚੁੱਕੀ ਹੈ। ਜੇ ਹੁਣ ਤੁਸੀਂ ਵਿਜ਼ਿਟ ਕਰਕੇ ਦੇਖੋ ਤੁਸੀਂ ਡਿਫਰੈਂਸ ਤੁਹਾਨੂੰ ਪਤਾ ਲੱਗੇਗਾ। ਤਾਂ ਵੈਸੇ ਵੀ ਇਹ ਜਿਹੜੇ ਹੈਗੇ ਨੇ ਆਮ ਪਬਲਿਕ ਜਨਤਾ ਆਉਂਦੀ ਹੈ ਉਹਨਾਂ ਦਾ ਆਪਦੀ ਵੀ ਰਿਸਪੋਂਸਿਬਿਲਟੀ ਬਣਦੀ ਹੈ ਵੀ ਜਦੋਂ ਅਸੀਂ ਕਿਸੇ ਪਬਲਿਕ ਪਲੇਸ ਤੇ ਜਾ ਰਹੇ ਹਾਂ ਤਾਂ ਅਸੀਂ ਉੱਥੇ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਾ ਹੈ। ਉੱਥੇ ਕੋਈ ਜਿਹੜੀ ਹੈਗੀ ਕਾਰ ਦੇ ਵਿੱਚ ਡਰਿੰਕਿੰਗ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਉੱਥੇ ਕੋਈ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਫੈਮਿਲੀਜ਼ ਆਉਂਦੀਆਂ ਨੇ, ਪਰਿਵਾਰ ਆਉਂਦੇ ਨੇ, ਤਾਂ ਉਸ ਅਕੋਰਡਿੰਗਲੀ ਅਸੀਂ ਬਿਹੇਵ ਕਰੀਏ। ਜੇ ਹੁਣ ਸਾਡੇ ਵੱਲੋਂ ਹੁਣ ਜਦੋਂ ਨਹੀਂ ਇਹ ਚੀਜ਼ਾਂ ਹਟੀਆਂ ਤਾਂ ਅਸੀਂ ਸਖਤੀ ਦਾ ਰੁੱਖ ਅਪਣਾਇਆ ਤੇ ਅਸੀਂ ਪ੍ਰੋਪਰ ਉੱਥੇ ਨਾਕਾਬੰਦੀ ਕਰ ਦਿੱਤੀ ਗਈ ਹੈ। ਤੇ ਜੇ ਅੱਗੇ ਤੋਂ ਜਿਵੇਂ ਵੀ ਕੋਈ ਇਸ ਤਰੀਕੇ ਨਾਲ ਉੱਥੇ ਕੋਈ ਹੁੜਦੰਗਬਾਜ਼ ਜਾਂ ਉੱਥੇ ਮਿਲੂਗਾ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਣੀ ਹੈ। ਕਿਹੜਾ ਜੀ? ਜਿਹੜਾ ਆਪਣਾ ਜਗਜੀਤ ਸਿੰਘ ਹੈ ਜੀ, ਇਹ ਚਮਕੌਰ ਸਾਹਿਬ ਦਾ ਰਹਿਣ ਵਾਲਾ ਜੀ। ਹਾਂਜੀ, ਆਊਟਸਾਈਡ ਤੋਂ ਸੀਗਾ ਜੀ। ਚੰਡੀਗੜ੍ਹ ਦੇਖੋ ਜੀ ਕੰਮ ਘੁੰਮਣ ਫਿਰਨ ਲੋਕ ਆਉਂਦੇ ਨੇ, ਮੋਹਾਲੀ ਦੇ ਵਿੱਚ ਆ ਕੇ ਕੋਈ ਕਿਸੇ ਕੰਮ ਤੇ ਆਉਂਦਾ ਹੈ। ਜਿਹੜੀ ਇਹ ਪਰਟੀਕੂਲਰ ਗੱਡੀ ਹੈ ਦਿਸ ਇਜ਼ ਟੈਕਸੀ, ਇਹ ਟੈਕਸੀ ਡਰਾਈਵਰ ਹੈਗਾ ਤੇ ਇਹ ਟੈਕਸੀ ਸੀਗੀ ਜਿਹਨੂੰ ਜਿਹਦੇ ਨਾਲ ਸਟੰਟ ਕੀਤੇ ਗਏ। ਪਰ ਇਸ ਤੋਂ ਇਲਾਵਾ ਵੀ ਬੰਦੇ ਜਿਹੜੇ ਆਉਂਦੇ ਨੇ ਉਹ ਜਦੋਂ ਅਸੀਂ ਰੀਸੈਂਟਲੀ ਗੱਡੀਆਂ ਇੰਪਾਊਂਡ ਕੀਤੀਆਂ ਨੇ, ਕੋਈ ਹਿਮਾਚਲ ਦੀਆਂ ਗੱਡੀਆਂ ਨੇ, ਕੋਈ ਹਰਿਆਣੇ ਤੋਂ ਵੀ ਹੈਗੀਆਂ ਨੇ, ਰਾਜਸਥਾਨ ਦੀ ਵੀ ਹੈਗੀ। ਤਾਂ ਇਸ ਤਰੀਕੇ ਨਾਲ ਨਾ ਮੋਹਾਲੀ ਚੰਡੀਗੜ੍ਹ ਜਿਸ ਤਰ੍ਹਾਂ ਹੈਗਾ ਇੱਕ ਓਬਵੀਅਸਲੀ ਚੰਡੀਗੜ੍ਹ ਆਪਣਾ ਕੈਪੀਟਲ ਵੀ ਹੈਗੀ ਹੈ ਪੰਜਾਬ ਦੀ ਤੇ ਹਰਿਆਣੇ ਦੀ, ਤੇ ਉਸ ਬੇਸਿਸ ਦੇ ਉੱਤੇ ਉਰੇ ਵੱਖੋ ਵੱਖਰਾ ਕਰਾਊਡ ਆਉਂਦਾ ਤੇ ਮੋਹਾਲੀ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਆ ਜਾਂਦਾ ਹੈ ਤਾਂ ਇੱਥੇ ਹਰ ਪਾਸੇ ਜਿਹੜਾ ਹੈਗਾ ਲੋਕ ਆਉਂਦੇ ਨੇ। ਦੇਖੋ ਜੀ ਜਿੱਥੇ ਮਾਰਕੀਟ ਏਰੀਆ ਹੈਗਾ, ਹੁਣ ਬਾਹਲੀਆਂ ਤਾਂ ਸਿਟੀਜ਼ ਹੈ ਨਹੀਂ ਜਿਹੜੀਆਂ ਤੁਸੀਂ ਕਹੋ ਕਿ ਬੜੀਆਂ ਉਹ ਨੇ, ਤਕਰੀਬਨ ਜਿਹੜੀਆਂ ਜਿੱਥੇ ਚਹਿਲ ਪਹਿਲ ਰਹਿੰਦੀ ਹੈ ਉਹ ਜਿਵੇਂ ਤੁਸੀਂ ਥੋੜਾ ਜਿਹਾ ਰੂਰਲ ਬੈਲਟ ਜਾਓਗੇ ਤਾਂ ਦੇਖੋਗੇ ਮੰਡੀਆਂ ਨੇ ਉਹ ਸ਼ਾਮ ਨੂੰ ਬੰਦ ਹੋ ਜਾਂਦਾ ਤੇ ਜਿਹੜੀ ਕਹਿ ਲਓ ਕੋਸਮੋਪੋਲੀਟਨ ਲਾਈਫ ਨੂੰ ਦੇਖਣ ਦੇ ਲੋਕ ਚੰਡੀਗੜ੍ਹ ਮੋਹਾਲੀ ਸਾਈਡ ਆਉਂਦੇ ਨੇ। ਸੋ ਉਹ ਨੈਚੁਰਲ ਜੀ ਗੱਲ ਹੈ, ਉਰੇ ਕਰਾਊਡ ਯੂਥ ਵੀ ਹੈਗਾ ਜੀ, ਕਾਲਜਿਸ ਵੀ ਹੈਗੇ ਨੇ, ਜਨਤਾ ਪੜ੍ਹਦੀ ਵੀ ਹੈ ਉਰੇ ਆ ਕੇ, ਠੀਕ ਹੈ। ਤੇ ਉਸ ਤਰੀਕੇ ਦੇ ਨਾਲ ਹੀ ਸਾਰਾ ਜਿਹੜਾ ਹੈਗਾ ਚੀਜ਼ਾਂ ਨਾਲੋ ਨਾਲ ਹੀ ਚੱਲਦੀਆਂ ਨੇ ਜੀ। ਜਿਹੜਾ ਹੈਗਾ ਸਾਡੇ ਕੋਲੇ ਦੋ ਮੋਟਰਸਾਈਕਲ ਜਿਹੜੇ ਚੋਰ ਨੇ ਅਸੀਂ ਉਹ ਫੜੇ ਨੇ। ਇਹ ਹੈਗੇ ਨੇ ਸਾਵਨ ਕੁਮਾਰ ਜੋ ਸੋਹਾਣੇ ਦਾ ਰਹਿਣ ਵਾਲਾ ਹੈ, ਅੱਜੂ ਹੈ ਜਿਹੜਾ
ਇਹ ਵੀ ਸੁਹਾਣੇ ਦਾ ਰਹਿਣ ਵਾਲਾ 200 ਨੰਬਰ ਐਫ ਆਈ ਆਰ ਜਿਹੜੀ ਹੈਗੀ ਹੈ ਚੋਰੀ ਸਨੈਚਿੰਗ ਦੀ ਅਸੀਂ ਇਹਨਾਂ ਦੇ ਉੱਪਰ ਦਿੱਤੀ ਹੈ ਤੇ ਦੋ ਚੋਰੀ ਦੇ ਮੋਟਰਸਾਈਕਲ ਇਹਨਾਂ ਤੋਂ ਅਸੀਂ ਟਰੇਸ ਕਰ ਲਏ ਨੇ। ਇਹ ਜਿਹੜੇ ਹੈਗੇ ਨੇ ਜੀ ਹਜੇ ਉੱਥੋਂ ਦੀ ਰਹਿਣੇ ਤਸਦੀਕ ਹੋਏ ਨੇ ਤੇ ਬਾਕੀ ਹਜੇ ਪੁੱਛਗਿੱਛ ਇਹਨਾਂ ਤੋਂ ਜਾਰੀ ਹੈ। ਤੇ ਇਸ ਤੋਂ ਇਲਾਵਾ ਇਹਦੇ ਨਾਲ ਜਿਹੜਾ ਹੈਗਾ ਇੱਕ ਆਪਣਾ ਮਟੌਰ ਦੇ ਵਿੱਚ ਹੀ ਐਨ ਡੀ ਪੀ ਐਸ ਦਾ ਅਕਿਊਜ਼ਡ ਹੈ ਜਿਹੜਾ ਅਸੀਂ ਉਹ ਫੜਿਆ, ਇਹ ਹੈਗਾ ਆਪਣਾ ਇਹਦਾ ਮੰਗਤ ਰਾਮ ਹੈ। ਇਹਦੇ ਤੇ 205 ਨੰਬਰ ਮੁਕੱਦਮਾ ਕੱਲ ਅਸੀਂ ਜਿਹੜਾ ਹੈਗਾ 6 ਤਰੀਕ ਨੂੰ ਲੌਂਚ ਕੀਤਾ, ਜਿਹਦੇ ਵਿੱਚ ਰਿਕਵਰੀ 45 ਗ੍ਰਾਮ ਹੈ। ਇਹਦੇ ਤੇ ਪਹਿਲਾਂ ਵੀ 9 ਨੰਬਰ ਐਫ ਆਈ ਆਰ ਮਟੌਰ ਥਾਣੇ ਦੇ ਵਿੱਚ ਜਨਵਰੀ ਦੇ ਵਿੱਚ ਦਰਜ ਹੈ, ਜਿਹਦੇ ਵਿੱਚ 20 ਗ੍ਰਾਮ ਦੀ ਰਿਕਵਰੀ ਸੀ, 45 ਗ੍ਰਾਮ ਹੀਰੋਇਨ ਦੀ ਰਿਕਵਰੀ ਹੋਈ ਹੈ। ਠੀਕ ਹੈ ਜੀ, ਤੇ ਇਹ ਜਿਹੜਾ ਬੰਦਾ ਹੈਗਾ ਇਹ ਮੰਗਤ ਰਾਮ ਹੈ। ਇਸ ਤੋਂ ਇਲਾਵਾ ਮਟੌਰ ਦੇ ਏਰੀਏ ਦੇ ਵਿੱਚ ਪਰਸੋਂ ਇੱਕ ਰਾਤ ਨੂੰ ਇੱਕ ਐਕਸੀਡੈਂਟ ਦੇ ਵਿੱਚ ਬੰਦੇ ਦੀ ਉਰੋਂ ਦੇਖੋ ਜਿੱਥੇ ਕੱਟ ਹੁੰਦਾ ਜੀ ਤੇ ਉੱਥੇ ਕੋਈ ਨਾ ਕੋਈ ਜਿਹੜੀ ਹੈਗੀ ਹੈ ਆਪਸ ਦੇ ਵਿੱਚ ਜਦੋਂ ਕਾਫੀ 300-400 ਬੰਦੇ ਦਾ ਕੱਟ ਹੁੰਦਾ ਤਾਂ ਉੱਥੇ ਕੋਈ ਜਾਮਾਗਰਨੀ ਹੁੰਦੀ ਰਹਿੰਦੀ ਹੈ। ਅਸੀਂ ਆਪਣੀ ਫੋਰਸ ਉੱਥੇ ਡਿਪਲਾਈ ਕੀਤੀ ਹੋਈ ਸੀਗੀ, ਜਦੋਂ ਵੀ ਕੋਈ ਇਹੋ ਜਿਹੀ ਕਿਤੇ ਵੀ ਕੋਈ ਗੈਦਰਿੰਗ ਹੁੰਦੀ ਹੈ ਤਾਂ ਉਸ ਅਕੋਰਡਿੰਗਲੀ ਉੱਥੇ ਕੋਈ ਇਹੋ ਜਿਹਾ ਨਹੀਂ ਹੈਗਾ ਕਿਸੇ ਦਾ ਕੋਈ ਸਕਫਲ ਵਾਲੀ ਗੱਲ ਹੈ। ਕੋਈ ਹਾਂ ਸ਼ੋਰ ਸ਼ਰਾਬਾ ਨੈਚੁਰਲ ਜੀ ਗੱਲ ਹੈ, ਜੇ ਕੋਈ ਮੀਟਿੰਗ ਹੈਗੀ ਹੈ ਕਿਸੇ ਦੀ ਵੋਟਿੰਗ ਹੋ ਰਹੀ ਹੈ ਤਾਂ ਇਹਨਾਂ ਕੰਮਾਂ ਦੇ ਵਿੱਚ ਹੋ ਜਾਂਦਾ ਤੇ, ਪਰ ਕਿਸੇ ਦਾ ਕੋਈ ਆਪਸ ਦੇ ਵਿੱਚ ਸਕਫਲ ਵਗੈਰਾ ਨਹੀਂ ਹੈਗਾ ਸੀ। ਇਟ ਵਾਜ਼ ਅ ਨੋਰਮਲ ਐਪੀਸੋਡ, ਉੱਥੇ ਉਹਨਾਂ ਦੀ ਆਪਣੀ ਵਰਕਿੰਗ ਚੱਲਦੀ ਸੀਗੀ ਤੇ ਲੋ ਐਂਡ ਆਰਡਰ ਅਸੀਂ ਮੇਨਟੇਨ ਕੀਤਾ।